सागर मेरे गुर गोपाला कर कृपा नानक गुण गावे राखो हो शर्म असाड़ी जियो तू चो सज्जन मेंडिया देई शिष उतार नैन महंजे तरस दे कद पसी दीदार दर्शन प्यासी दिन सरात चितवों अन दिन नीत खोल कपट गुर मेलिया नानक हर संग मीत सुन यार हमारे सज्जन एक करो बेनंतिया तिस मोहन लाल प्यारे हो फिरों खोजंतिया तिस दास प्यारे सिर धरी उतारे एक पूरी दर्शन दीजै नैन हमारे प्रिय रंग रंगारे एक तिल भी ना तीरी जै प्रभ स्यों मन लीना ज्यों जल मीना चात्रिक जिवें तिसंतिया जन नानक गुर पूरा पाया सगली तिखा भोजंतिया होवै सिफत खसमंदी नूर अरसों कुरसों चटिया तुद डिठे सचे पातशाह मल जन्म जन्म दी कटिया सतनाम वाहिगुरु साहिब जियो सुतड़े सुखी सवन जो रते सह अपने प्रेम विशोहा तनी सों अठे पहर लवन सुतड़े सुखी सवन जो रते सह अपने प्रेम विशोहा तनी सों अठे पहर लवन सुतड़े असंख माया झूठी कारणे नानक से जागन जे रसना नाम उचारणे सुतड़े असंख माया झूठी कारणे नानक से जागन जे रसना नाम उचारणे वाहिगुरु जी का खालसा वाहिगुरु जी की फतेह सतगुरु दीन दुनिया दे पातशाह श्री गुरु ग्रंथ साहिब जी की पावन हजूरी विच सुभाईमान सत्कार योग सात संगत जी आप जी चल रहे लगातार नाम सिमरन अभ्यास समागम विच सतगुरु जी दे दर घर की दात नाम दा किणका प्राप्त करन लई गुरु की हजूरी विच पहुंचे हो चल रही सलोक वारां ते वधीक दी लड़ीवार कथा विच अज
ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤੇ ਹੋਏ ਸਲੋਕ ਜੋ ਕਿ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1425 ਅੰਗ ਉੱਪਰ ਸਲੋਕ ਵਾਰਾਂ ਤੇ ਵਧੀਕ ਵਿੱਚ ਸਭਾਇਮਾਨ ਹਨ। ਇਹਨਾਂ ਸਲੋਕਾਂ ਵਿੱਚੋਂ ਆਪ ਜੀ ਨੇ ਅੱਜ ਦੇ ਸਮੇਂ ਵਿੱਚ 12 ਔਰ 13 ਨੰਬਰ ਸਲੋਕ ਸਰਵਣ ਕੀਤੇ ਹਨ। ਸਤਿਗੁਰੂ ਜੀ ਨੇ ਬਚਨ ਕੀਤੇ, ਜਿਹੜੇ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮ ਵਿੱਚ ਰੰਗੇ ਗਏ, ਜਿਨ੍ਹਾਂ ਦੇ ਅੰਦਰ ਨਾਮ ਦੀ ਦਾਤ ਵਸੀ ਹੈ, ਉਹਨਾਂ ਨੂੰ ਇੱਕ ਬੜੀ ਵੱਡੀ ਸ਼ਾਂਤੀ, ਬੜੀ ਵੱਡੀ ਤ੍ਰਿਪਤੀ, ਇੱਕ ਰਜੇਵਾਂ ਮਿਲ ਗਿਆ। ਪਰ ਜਿਨ੍ਹਾਂ ਨੂੰ ਇਹ ਦਾਤ ਨਹੀਂ ਮਿਲੀ, ਉਹ ਇੱਕ ਕਾਂ ਵਾਂਗੂ ਵਿਲਕਦੇ ਸਾਰੀ ਉਮਰ ਕੱਢ ਦਿੰਦੇ। ਬਹੁਤ ਸਾਰੇ ਲੋਕ ਕੁਦਰਤੀ ਤੌਰ ਤੇ ਮਾਇਆ ਦੇ ਮੋਹ ਵਿੱਚ ਸੌ ਗਏ ਨੇ। ਕੇਵਲ ਉਹ ਹੀ ਜਾਗਦੇ ਹਨ ਜਿਹੜੇ ਰਸਨਾ ਤੋਂ ਨਾਮ ਉਚਾਰਨ ਕਰ ਰਹੇ ਹਨ। ਪਰਮਾਤਮਾ ਦੇ ਨਾਮ ਵਿੱਚ ਇੱਕ ਬੜੀ ਗਹਿਰੀ ਸ਼ਾਂਤੀ ਮਨ ਨੂੰ ਘੇਰਦੀ ਹੈ, ਜਿਵੇਂ ਕਿਸੇ ਬੜੇ ਚਿਰ ਦੇ ਲੱਗੇ ਹੋਏ ਜ਼ਮੀਨ ਦੇ ਸੋਕੇ ਦੇ ਉੱਤੇ ਬਾਰਿਸ਼ ਪਵੇ ਤੇ ਉਸ ਬਾਰਿਸ਼ ਦੇ ਨਾਲ ਸਾਰੀ ਮਿੱਟੀ, ਕੱਟਾ, ਧੂੜ, ਗਰਮੀ, ਗਰਦਿਸ਼, ਉਸ ਮੀਂਹ ਨਾਲ ਸਾਰੀ ਚੀਜ਼ ਖਤਮ ਹੋ ਜਾਂਦੀ ਹੈ। ਨਾਮ ਠੰਡਾ ਹੈ, ਜਿਹੜਾ ਮਾਇਆ ਦਾ ਮੋਹ ਹੈ ਉਹ ਗਰਮ ਹੈ, ਮਨ ਨੂੰ ਗਰਮ ਕਰਦਾ। ਜਿੰਨੀ ਜੇ ਤਾਂ ਹੱਦ ਬੰਨੀ ਵਿੱਚ ਰਹੇ, ਜੇ ਤਾਂ ਕਿਸੇ ਬੈਲੈਂਸ ਵਿੱਚ ਮਨ ਪਦਾਰਥਾਂ ਦੇ ਪਿੱਛੇ ਜਾਏ ਤੇ ਕੋਈ ਹਰਜ ਨਹੀਂ ਹੈ। ਹੱਦ ਬੰਨੀ ਹੈ, ਨਿਯਮ ਹੈ, ਸਿਸਟਮ ਹੈ। ਜਿਵੇਂ ਅੱਗ ਬਲਦੀ, ਅੱਗ ਬਲੇ, ਅੱਗ ਦਾ ਕੋਈ ਹਰਜ ਨਹੀਂ, ਤਵੇ ਦੇ ਥੱਲੇ ਬਲੇ, ਪ੍ਰਸ਼ਾਦਾ ਬੜਾ ਵਧੀਆ ਪੱਕਦਾ। ਪਰ ਜੇ ਉਹਦੀ ਤੁਸੀਂ ਪਰਸੈਂਟੇਜ, ਜੇ ਅੱਗ ਨੂੰ ਵਧਾ ਦਿਓ ਜ਼ਿਆਦਾ, ਉਹ ਅੱਗ ਤਵੇ ਦੇ ਕਿਨਾਰਿਆਂ ਨੂੰ ਪਾਰ ਕਰ ਜਾਏ ਤੇ ਜਿਹੜੀ ਅੱਗ ਨੇ ਪ੍ਰਸ਼ਾਦਾ ਪਕਾਉਣਾ ਸੀ ਉਹ ਪ੍ਰਸ਼ਾਦੇ ਨੂੰ ਸਾੜ ਕੇ ਸਵਾਹ ਕਰ ਦਿੰਦੀ। ਮਾਇਆ ਇੱਕ ਕੰਢਿਆਂ ਦੇ ਥੱਲੇ ਰਵੇ ਸੁਖਦਾਈ ਹੈ, ਜੀਵਨ ਨੂੰ ਤੋੜਦੀ ਹੈ, ਜੀਵਨ ਨੂੰ ਰਸਤਾ ਦਿੰਦੀ ਹੈ। ਪਰ ਉਹ ਹੀ ਮਾਇਆ ਜਿਹੜੀ ਇਹ ਬੰਦੇ ਦੀ ਬੁੱਧੀ ਦੇ ਕੰਢਿਆਂ ਨੂੰ ਪਾਰ ਕਰ ਜਾਏ ਤੇ ਬੁੱਧੀ ਨੂੰ ਸਾੜ ਕੇ ਸਵਾਹ ਕਰ ਦਿੰਦੀ। ਬੰਦੇ ਦੀ ਬੁੱਧੀ ਕੰਮ ਕਰਦੀ ਨਹੀਂ, ਆਪਾਂ ਕਹਿੰਦੇ ਇਸ ਬੰਦੇ ਦੀ ਮੱਤ ਮਾਰੀ। ਬਿਲਕੁਲ ਇਸੇ ਤਰ੍ਹਾਂ ਪਾਣੀ ਦਾ ਉਦਾਹਰਣ ਹੈ। ਬੇੜੀ ਪਾਣੀ ਦੇ ਉੱਤੇ ਤਰਦੀ, ਪਾਣੀ ਤੋਂ ਬਿਨਾਂ ਬੇੜੀ ਤਰ ਹੀ ਨਹੀਂ ਸਕਦੀ। ਬੇੜੀ ਨੂੰ ਤਰਨ ਵਾਸਤੇ ਪਾਣੀ ਚਾਹੀਦਾ। ਮਹਾਰਾਜ ਨੇ ਸੰਸਾਰ ਨੂੰ ਸਮੁੰਦਰ ਕਿਹਾ ਤੇ ਗੁਰੂ ਕੇ ਸ਼ਬਦ ਨੂੰ ਬੇੜੀ ਕਿਹਾ ਹੈ। ਹੁਣ ਮਾਇਆ ਤੋਂ ਬਿਨਾਂ ਤੇ ਜੀਵਨ ਚੱਲਦਾ ਹੀ ਨਹੀਂ। ਮਾਇਆ ਕੋਈ ਨਹੀਂ ਕਿ ਮਾਇਆ ਪਾਪ ਹੈ, ਕੋਈ ਵੀ ਪਦਾਰਥ ਪਾਪ ਨਹੀਂ ਹੈ। ਪਾਣੀ ਪਾਪ ਨਹੀਂ, ਪਾਣੀ ਦੇ ਉੱਤੇ ਬੇੜੀ ਤਰਦੀ, ਉਹਦੇ ਤੋਂ ਬਿਨਾਂ ਬੇੜੀ ਤਰ ਹੀ ਨਹੀਂ ਸਕਦੀ। ਪਰ ਪਾਣੀ ਨੁਕਸਾਨ ਕਦੋਂ ਕਰਦਾ ਹੈ? ਜਦੋਂ ਬੇੜੀ ਵਿੱਚ ਸੁਰਾਖ ਹੋ ਜਾਏ ਤੇ ਸੁਰਾਖ ਦੇ ਰਾਹੀਂ ਪਾਣੀ ਜਿਹੜਾ ਬੇੜੀ ਦੇ ਵਿੱਚ ਆ ਜਾਏ। ਬੇੜੀ ਪਾਣੀ ਦੇ ਉੱਤੇ ਰਵੇ ਤੇ ਬੇੜੀ ਤਰਦੀ ਹੈ ਤੇ ਸਫ਼ਰ ਹੁੰਦਾ ਤੇ ਸੈਰ ਕਰਦਾ ਬੇੜੀ ਵਿੱਚ ਬੈਠਾ ਹੋਇਆ ਮਨੁੱਖ। ਪਰ ਜੇ ਬੇੜੀ ਵਿੱਚ ਸੁਰਾਖ ਹੋ ਗਏ, ਉਸ ਪਾਣੀ ਨੇ ਬੇੜੀ ਦੇ ਵਿੱਚ ਵੜ ਜਾਣਾ ਤੇ ਜਦੋਂ ਬੇੜੀ ਪਾਣੀ ਨਾਲ ਭਰੀ ਗਈ, ਉਹਨੇ ਬੇੜੀ ਨੂੰ ਡੋਬ ਦੇਣਾ। ਇਸੇ ਤਰ੍ਹਾਂ ਆ ਸਰੀਰ ਸਮੁੰਦਰ ਹੈ। ਆ 5-6 ਫੁੱਟ ਦਾ ਜਿਹੜਾ ਸਰੀਰ ਹੈ ਨਾ, ਇਹ ਮਾਇਆ ਹੀ ਹੈ ਸਾਰੀ। ਇਹ ਹੀ ਸਮੁੰਦਰ ਹੈ ਤੇ ਇਹਨੂੰ ਹੀ ਲੰਘਣਾ, ਬੰਦੇ ਪਾਰ ਕਰਨਾ। 5 ਤੱਤ ਨੇ ਇਹਦੇ ਵਿੱਚ। 5 ਤੱਤਾਂ ਦੇ ਆਪੋ ਆਪਣੇ ਵਿਕਾਰ ਨੇ। ਮਿੱਟੀ ਦਾ ਆਪਣਾ ਵਿਕਾਰ ਹੈ, ਪਾਣੀ ਦਾ ਆਪਣਾ ਵਿਕਾਰ ਹੈ। ਮਿੱਟੀ ਨੂੰ ਵੀ ਪਾਰ ਕਰਨਾ, ਪਾਣੀ ਨੂੰ ਵੀ ਪਾਰ ਕਰਨਾ, ਹਵਾ ਨੂੰ ਵੀ ਪਾਰ ਕਰਨਾ,
ਅਗਨੀ ਨੂੰ ਵੀ ਪਾਰ ਕਰਨਾ, ਆਕਾਸ਼ ਨੂੰ ਵੀ ਪਾਰ ਕਰ ਜਾਣਾ। ਜਦੋਂ ਪਹਿਲਾਂ ਪਹਿਲਾਂ ਸਭ ਤੋਂ ਆਏਗਾ ਤੇ ਮਿੱਟੀ ਤੱਤ ਰਾਹ ਵਿਚ ਆਉਂਦਾ ਨਾਮ ਜਪਣ ਦੇ। ਨਾਮ ਦੇ ਧਿਆਨ ਲਾਓ ਤੇ ਸਭ ਤੋਂ ਪਹਿਲਾਂ ਜਿਹੜਾ ਪਾਰ ਕਰਨਾ ਨਾ, ਜਿਹੜਾ ਜਿਵੇਂ ਆਪਾਂ ਕਹਿੰਦੇ ਹਾਂ ਵੀ ਆਹ ਪਹਿਲਾ ਸ਼ਹਿਰ ਆ ਗਿਆ ਹੁਣ ਆਪਾਂ ਜਾ ਰਹੇ ਹਾਂ, ਇਸ ਤਰ੍ਹਾਂ ਸਰੀਰ ਪਾਂਚ ਤੱਤ ਕੋ ਤੰਦ ਰਚਿਓ ਜਾਨੋ ਚਤੁਰ ਸੁਜਾਨ। ਇਹ ਸਰੀਰ ਪੰਜ ਤੱਤਾਂ ਦਾ ਬਣਿਆ, ਉਹਦੇ ਵਿਚ ਪਹਿਲਾ ਤੱਤ ਮਿੱਟੀ, ਤੇ ਜਦੋਂ ਸ਼ਬਦ ਨਾਲ ਸਾਂਝ ਪਾਉਂਦਾ ਸਿੱਖ, ਸੁਰਤੀ ਜਗਾਉਂਦਾ ਆਪਣੀ, ਤੇ ਸਭ ਤੋਂ ਪਹਿਲਾਂ ਮਿੱਟੀ ਤੱਤ ਨੂੰ ਪਾਰ ਕਰੇਗਾ। ਮਿੱਟੀ ਤੱਤ ਦੀਆਂ ਨਿਸ਼ਾਨੀਆਂ ਕੀ ਨੇ? ਮਿੱਟੀ ਦਾ ਸੁਭਾਅ ਹੈ ਨੀਂਦ ਲਿਆਉਣੀ ਤੇ ਆਲਸ ਪੈਦਾ ਕਰਨਾ। ਜੇ ਮਿੱਟੀ ਤੱਤ ਵੱਧ ਜਾਏ ਸਰੀਰ ਵਿਚ ਨੀਂਦ ਜ਼ਿਆਦਾ ਆਵੇਗੀ, ਜੇ ਘੱਟ ਜਾਏਗੀ ਨੀਂਦ ਨਹੀਂ ਆਉਂਦੀ। ਪ੍ਰਸ਼ਾਦੇ ਵਿਚ ਕੀ ਹੈ? ਪ੍ਰਸ਼ਾਦਾ ਜ਼ਿਆਦਾ ਛਕਣ ਨਾਲ ਨੀਂਦ ਕਿ ਆਉਂਦੀ? ਪ੍ਰਸ਼ਾਦੇ ਵਿਚ ਜ਼ਿਆਦਾ ਜਿਹੜਾ ਪਰਸੈਂਟੇਜ ਮਿੱਟੀ ਹੈ ਸਭ ਤੋਂ ਜ਼ਿਆਦਾ, ਤੇ ਅਗਨੀ ਹੈ, ਉਹ ਵੱਧ ਜਾਂਦੀ, ਉਹਦੇ ਨਾਲ ਦਿਮਾਗ ਨੂੰ ਨੀਂਦ ਆਉਂਦੀ। ਤੇ ਜੇ ਇਹ ਸਭ ਤੋਂ ਪਹਿਲਾਂ ਉਹਨੂੰ ਨੀਂਦ ਘੇਰੇਗੀ, ਸਭ ਤੋਂ ਪਹਿਲਾਂ ਆਲਸ ਹੀ ਡੇਗਦਾ ਅਭਿਆਸੀ ਪੁਰਸ਼ ਨੂੰ, ਸਭ ਤੋਂ ਪਹਿਲਾਂ ਆਲਸ ਵਿਆਪਦਾ, ਨੀਂਦ ਵਿਆਪਦੀ, ਇਹਦੇ ਤੋਂ ਅੱਗੇ ਇਹ ਸਾਰੇ ਤੱਤ ਨੇ ਅਗਨੀ ਤੱਤ ਹੈ। ਅਗਨੀ ਤੱਤ ਕੀ? ਇਹਦੇ ਚ ਖਿਆਲ ਜ਼ਿਆਦਾ ਚੱਲਦੇ ਨੇ, ਖਿਆਲ ਬੜੇ ਤੇਜ਼ ਖਿਆਲ। ਜੇ ਅਗਨੀ ਤੱਤ ਵੱਧ ਗਿਆ ਖਿਆਲ ਬੜੇ ਤੇਜ਼ ਚੱਲਣਗੇ। ਇਸ ਕਰਕੇ ਤੁਸੀਂ ਕਦੀ ਵੇਖਣਾ ਸੂਰਜ ਚੜ੍ਹਨ ਤੋਂ ਪਹਿਲਾਂ ਖਿਆਲ ਨਹੀਂ ਜ਼ਿਆਦਾ ਦੌੜਦੇ ਮਨ ਦੇ, ਸੂਰਜ ਚੜ੍ਹਨ ਤੋਂ ਪਹਿਲਾਂ ਖਿਆਲ ਆਪਣੇ ਆਪ ਬੰਦ ਰਹਿੰਦੇ ਨੇ। ਜਿਉਂ ਹੀ ਸੂਰਜ ਦੀਆਂ ਕਿਰਨਾਂ ਸਾਨੂੰ ਚੋਵਾਂ ਪਾਸਿਓਂ ਘੇਰਦੀਆਂ ਨੇ, ਸੂਰਜ ਚੜ੍ਹਦਾ ਤੇ ਇਕਦਮ ਦਿਮਾਗ ਦੌੜਦਾ ਭੱਜਦਾ ਕੰਮਾਂ ਵਿਚ, ਕਿਉਂਕਿ ਉਹਦਾ ਸੰਬੰਧ ਸੂਰਜ ਦਾ ਅਗਨੀ ਤੱਤ ਦੇ ਨਾਲ, ਅਗਨੀ ਤੱਤ ਵੱਧ ਗਿਆ। ਇਸ ਤਰ੍ਹਾਂ ਪਾਣੀ ਤੱਤ, ਹਵਾ ਤੱਤ, ਇਹ ਸਾਰੇ ਜਿਹੜੇ ਵਿਕਾਰਾਂ ਦੀ ਤ੍ਰਿਸ਼ਨਾ ਨੂੰ ਜਨਮ ਦਿੰਦੇ ਨੇ। ਹਵਾ ਇੱਕ ਥਾਂ ਤੇ ਟਿਕਦੀ ਨਹੀਂ, ਹਵਾ ਦਾ ਅਰਥ ਹੈ ਮਨ, ਮਨ ਟਿਕਣ ਨਹੀਂ ਦਿੰਦੀ। ਹਵਾ ਤੱਤ ਜਿਹੜਾ ਹਿਲਾਉਂਦਾ ਰਹਿੰਦਾ ਅੰਦਰੋਂ ਸਰੀਰ ਨੂੰ, ਹੁਣ ਅਸੀਂ ਬੈਠੇ ਹਾਂ ਹਵਾ ਤੱਤ, ਜਿਵੇਂ ਅਸੀਂ ਕਦੀ ਕਿੱਧਰ ਵੇਖ ਲੈਂਦੇ ਹਾਂ, ਕੋਈ ਲੰਘਿਆ ਉਧਰੋਂ ਵੇਖ ਲਿਆ, ਕਦੀ ਉੱਪਰ ਵੇਖ ਲਿਆ, ਇਹ ਸਾਰਾ ਹਵਾ ਤੱਤ ਦੀ ਕਾਰਵਾਈ ਹੈ। ਇਸੇ ਤਰ੍ਹਾਂ ਇਹ ਬਿਲਕੁਲ ਇਹ ਸਾਰੇ ਤੱਤ ਪਾਰ ਕਰਕੇ ਤੇ ਜਿਹੜਾ ਆਕਾਸ਼ ਤੱਤ ਹੈ ਉਹ ਫਿਰ ਵੀ ਸੂਖਮ ਹੈ ਥੋੜਾ ਜਿਹਾ, ਉਹਦਾ ਉਹ ਕਿਉਂਕਿ ਐਂਡ ਤੇ ਆਉਂਦਾ, ਉਹਦਾ ਲਿੰਕ ਆਤਮਕ ਰੋਗਾਂ ਦੇ ਨਾਲ ਹੈ, ਜਿੱਥੇ ਜਾ ਕੇ ਆਤਮਕ ਮਾਇਆ ਵਰਤਦੀ, ਰਿੱਧੀਆਂ ਸਿੱਧੀਆਂ ਸਾਰੀਆਂ ਉਹ ਆਕਾਸ਼ ਤੱਤ ਨਾਲ ਸੰਬੰਧ ਰੱਖਦੀਆਂ। ਜੇ ਚਾਰੇ ਲੰਘ ਜਾਏ, ਪਹਿਲੀ ਗੱਲ ਤੇ ਪਹਿਲੀ ਕਲਾਸ ਹੀ ਨਹੀਂ ਲੰਘਦਾ, ਨੀਂਦ ਹੀ ਘੇਰ ਕੇ ਡੇਗ ਲੈਂਦੀ। ਜੇ ਉਹ ਲੰਘ ਜਾਏ ਤੇ ਖਿਆਲ ਬੜੇ ਆਉਂਦੇ ਨੇ, ਖਿਆਲ ਲੰਘ ਜਾਏ ਤੇ ਵਿਕਾਰ ਏ ਪਾਣੀ ਤੇ ਅੱਗ ਜਿਹੜਾ। ਜੇ ਚੌਵਾਂ ਨੂੰ ਵੀ ਪਾਰ ਕਰਦਾ ਤੇ ਫਿਰ ਆਕਾਸ਼ ਤੱਤ ਆਪਣੀ ਸ਼ਕਤੀ ਵਿਖਾਉਂਦਾ ਹੈ, ਉਹਦੇ ਸਾਹਮਣੇ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ ਸ਼ਕਤੀਆਂ, ਉਹਨਾਂ ਦੇ ਨਾਟਕ ਚੇਟਕ ਵਿਚ ਪੈ ਜਾਂਦਾ ਹੈ। ਬਸ ਥੋੜਾ ਜਿਹਾ ਝੋਲਾ ਪਿਆ ਨਹੀਂ ਤੇ ਦੂਜੇ ਦਿਨ ਦੱਸਦਾ ਜੀ ਮੈਨੂੰ ਦਿਸਦਾ ਬੜਾ ਕੁਝ ਹੈ ਜੀ, ਪ੍ਰਕਾਸ਼ ਬੜਾ ਹੋ ਗਿਆ ਜੀ। ਇਹ ਵੀ ਮਾਇਆ ਵਰਤ ਕੇ ਰਾਹ ਵਿਚ ਹੀ ਫਸ ਗਿਆ, ਸਿੱਖ ਜਿਹੜਾ ਰਾਹ ਵਿਚ ਹੀ ਰੁਕ ਗਿਆ, ਇਹਨੂੰ ਅਵਸਥਾ ਸਮਝ ਕੇ ਬੈਠ ਗਿਆ। ਅਵਸਥਾ ਕਿਹੜੀ ਹੈ? ਅਵਸਥਾ ਤੇ ਉਹ ਹੈ, ਮੰਜ਼ਿਲ ਕੀ ਹੈ ਸਿੱਖ ਦੀ? ਗੁਰੂ ਵਰਗੇ ਬਣ ਜਾਣਾ, ਜਿਵੇਂ ਦਾ ਗੁਰੂ ਹੈ, ਸਿੱਖ ਤੇ ਗੁਰੂ ਇੱਕ ਹੋ ਗਏ, ਜਿਵੇਂ ਦੀ ਬਾਣੀ ਹੈ, ਸਿੱਖ ਦਾ ਸਰੀਰ ਹੀ ਦਿਸਦਾ, ਬਸ ਅੰਦਰ ਬਾਣੀ ਵਰਤ ਰਹੀ ਹੈ 24 ਘੰਟੇ। ਅੱਜ ਬਾਬਾ ਸੁੰਦਰ ਸਿੰਘ ਜੀ ਦਾ ਸੰਬੰਧ ਵਿਚ ਸਮਾਗਮ ਸੀ ਦੁਪਹਿਰ ਵੀ, ਤੇ ਅੱਜ ਦਾ ਸਮਰਪਿਤ ਹੈ ਉਹਨਾਂ ਦਾ। ਉਹਨਾਂ ਦੀ ਜੀਵਨ ਕੀ ਸੀ? ਜੀਵਨ ਕੀ ਬਣ ਗਿਆ? ਅੰਦਰ ਪਾਣੀ ਵਿਚ ਪਾਣੀ ਰਹਿ ਹੀ ਬਾਣੀ ਗਈ, ਹੋਰ ਤੇ ਰਿਹਾ ਹੀ ਨਹੀਂ, ਬਾਹਰੋਂ ਬਸ ਸਰੀਰ ਹੀ ਹੈ ਬਸ। ਮੈਂ ਪੜ੍ਹ ਰਿਹਾ ਸੁਣ ਰਿਹਾ ਸੀ ਕਿ ਮਹਾਂਪੁਰਸ਼ਾਂ ਨੇ ਆਪਣੇ ਜੀਵਨ ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ 28 ਕਥਾ ਕੀਤੀਆਂ ਨੇ, 28 ਕਥਾ। ਤੁਸੀਂ ਕਦੀ ਸੋਚੋ ਆਪਾਂ ਤੇ 28 ਸਹਿਜ ਪਾਠ ਕਰਨੇ ਬਹੁਤ ਔਖੇ ਨੇ, ਸਿੱਧਾ ਪਾਠ ਕਰਨਾ 28 ਵਾਰੀ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਕਥਾ ਕਰਨੀ, ਇਹ ਬੜੀ ਵੱਡੀ ਗੱਲ ਹੈ। ਉਹਨਾਂ ਦੇ ਪਿਤਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦੀ ਬਾਣੀ ਸਾਰੀ ਜਵਾਨੀ ਯਾਦ ਸੀ, ਜਵਾਨੀ। ਥੋੜਾ ਜਿਹਾ ਸੋਚੀਏ ਆਪਾਂ, ਅਸੀਂ ਕਹਿੰਦੇ ਜਪਜੀ ਸਾਹਿਬ ਸਾਨੂੰ ਯਾਦ ਹੋ ਜਾਏ, ਇਹ ਤਾਂ ਜੀ ਬੜੀ ਵੱਡੀ ਗੱਲ ਹੈ। ਜਪਜੀ ਸਾਹਿਬ ਤੇ ਯਾਦ ਹੋ ਹੀ ਨਹੀਂ ਸਕਦਾ, ਸਾਰਾ ਗੁਰੂ ਗ੍ਰੰਥ ਸਾਹਿਬ ਜਵਾਨੀ ਯਾਦ। ਇਹ ਕਈਆਂ ਸਿੱਖਾਂ ਨੂੰ ਯਾਦ ਰਿਹਾ ਪਹਿਲਾਂ, ਇਹ ਮਿਹਨਤ ਹੈ, ਗੁਰੂ ਦੀ ਕਿਰਪਾ ਹੈ।
ਇਹ ਬਾਣੀ ਦਾ ਪ੍ਰਤਾਪ ਹੈ। ਬਾਣੀ ਆਪ ਵੀ ਸਹਾਇਤਾ ਕਰਦੀ ਹੈ, ਜੇ ਥੋੜੀ ਜਿਹੀ ਭਾਵਨਾ ਹੋਵੇ ਨਾ ਆਪਾਂ ਅਰਦਾਸ ਕਰਦੀ ਵੀ ਮਹਾਰਾਜ ਮੈਨੂੰ ਨਹੀਂ ਆਉਂਦੀ, ਯਾਦ ਕਰਨੀ ਨਹੀਂ ਆਉਂਦੀ, ਸਿੱਧੇ ਜੇ ਲੋਕਾਂ ਦੀ ਗੱਲ ਬੜੀ ਗੁਰੂ ਜਲਦੀ ਸੁਣਦਾ, ਜੇ ਮੈਂ ਬੇਨਤੀ ਕਰਦੇ ਹਾਂ ਸਿੱਧੇ ਸਾਧੇ ਜਿਹੜੇ ਨਾ, ਸਿੱਧੇ ਸਾਧੇ ਦਾ ਮਤਲਬ ਆਲਸੀ ਨਹੀਂ ਹੁੰਦਾ, ਉਦਮ ਤਾਂ ਕਰਦੇ ਨੇ ਪਰ ਚਲਾਕੀ ਨਹੀਂ ਕਰਦੇ ਗੁਰੂ ਨਾਲ, ਸਿੱਧੇ ਸਾਧੇ। ਮੈਂ ਇੱਕ ਸਿੱਖ ਬਾਰੇ ਸੁਣਿਆ ਜਿਹੜਾ, ਜਿਨ੍ਹਾਂ ਨੂੰ ਆਪਾਂ ਧਰਮੀ ਫੌਜੀ ਕਹਿੰਦੇ ਹਾਂ, ਧਰਮੀ ਫੌਜੀ ਜਿਨ੍ਹਾਂ ਨੇ ਬਗਾਵਤ ਕਰ ਦਿੱਤੀ ਸੀ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ, ਤੇ ਉਹਨਾਂ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਤੇ ਜੋਧਪੁਰ ਲੈ ਗਏ। ਉਹਨਾਂ ਨੇ ਮੈਨੂੰ ਆਪ ਸੁਣਾਇਆ, ਕਹਿੰਦੇ ਵੀ ਮੈਂ ਪਹਿਲਾਂ ਫੌਜ ਵਿਚ ਰਹਿੰਦੇ ਆ ਨਾ, ਸੁਖਮਣੀ ਸਾਹਿਬ ਗੁਟਕਾ ਸਾਹਿਬ ਤੋਂ ਕਰਦਾ ਸੀ। ਬਾਣੀ ਗੁਰੂ ਏ, ਜੇ ਬਾਣੀ ਨੂੰ ਗੁਰੂ ਸਮਝ ਕੇ ਪੜਾਂਗੇ ਬਾਣੀ ਹੋਰ ਤਰ੍ਹਾਂ ਅਸਰ ਕਰੇਗੀ, ਜੇ ਬਾਣੀ ਨੂੰ ਵਿਦਿਆ ਸਮਝ ਕੇ ਨਾ, ਇੱਥੇ 5-7 ਵੱਟ ਪਾ ਕੇ ਪੜਾਂਗੇ ਵੀ ਆਹ ਇੱਧਰ ਦਾ ਜੀ ਫਲਾਣਾ ਲਿਖਿਆ ਕੀ ਏ, ਇਹ ਕਿੰਨੇ ਸ਼ਬਦ ਨੇ, ਫਿਰ ਹੋਰ ਗੱਲ ਏ। ਸਮਰਪਿਤ ਹੋ ਕੇ ਗੁਰੂ ਸਮਝ ਕੇ ਪੜਾਂਗੇ ਤੇ ਬਾਣੀ ਆਪ ਹੀ ਵਸੇਗੀ ਅੰਦਰ। ਉਹ ਕਹਿੰਦੇ ਵੀ ਮੈਂ ਫੌਜ ਵਿਚ ਰਹਿੰਦਿਆਂ ਸੁਖਮਣੀ ਸਾਹਿਬ ਦਾ ਪਾਠ ਗੁਟਕਾ ਸਾਹਿਬ ਤੋਂ ਕਰਦਾ ਹੁੰਦਾ ਸੀ ਤੇ ਕਦੀ ਖਿਆਲ ਨਹੀਂ ਸੀ ਆਇਆ ਵੀ ਯਾਦ ਹੀ ਕਰ ਲਈਏ। ਉਹ ਇਸ ਤਰ੍ਹਾਂ ਦਾ ਵੀ ਸਮਾਂ ਬਣਨਾ ਵੀ ਗੁਟਕਾ ਸਾਹਿਬ ਨਹੀਂ ਮਿਲਣਾ, ਜਿਵੇਂ ਹੁਣ ਸਾਨੂੰ ਪਤਾ ਨਹੀਂ ਵੀ ਬਾਣੀ ਕੰਠ ਕਰਨੀ ਚਾਹੀਦੀ ਹੈ। ਤਾਂ ਉਹਨਾਂ ਨੇ ਸਾਧ ਸੰਗਤ ਜੀ ਬਾਣੀ ਕੰਠ ਨਹੀਂ ਸੀ ਤੇ ਇਹ ਕਾਂਡ ਵਰਤ ਗਿਆ। ਉਹਨਾਂ ਨੂੰ ਜਦੋਂ ਜੇਲ੍ਹ ਵਿਚ ਲੈ ਗਏ ਤੇ ਬਾਣੀ ਦੀ ਇੱਕ ਤਸਵੀਰ ਹੈ ਵੀ ਜਿਹੜਾ ਬੰਦਾ ਬਾਣੀ ਦਾ ਨਿਤਨੇਮੀ ਬਣ ਜਾਂਦਾ ਫਿਰ ਬਾਣੀ ਦਾ ਅਮਲ ਲੱਗ ਜਾਂਦਾ, ਉਹਨੂੰ ਉਹਦਾ ਅੰਦਰ ਤੜਫਦਾ ਜੇ ਉਹ ਬਾਣੀ ਨਾ ਪੜੇਗਾ, ਉਹਦੇ ਅੰਦਰ ਇੱਕ ਖਿੱਚ ਪੈਂਦੀ ਉਸ ਟਾਈਮ ਤੇ ਪਏਗੀ ਜਦੋਂ ਬਾਣੀ ਪੜਦਾ। ਬਾਣੀ ਦੇ ਵਿਚ ਇੰਨੀ ਬਰਕਤ ਏ, ਬਾਣੀ ਵਿਚ ਇੰਨੀਆਂ ਸ਼ਕਤੀਆਂ ਨੇ ਕਿ ਬਾਣੀ ਮਨੁੱਖ ਨੂੰ ਅਮਲ ਵਾਂਗੂ, ਗੁਰਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਬਾਣੀ ਜੀਵਨ ਦਾ ਉਧਾਰ ਕਰਦੀ ਏ ਜਿਨ੍ਹਾਂ ਜਿਨ੍ਹਾਂ ਨੇ ਬਾਣੀ ਦਾ ਆਸਰਾ ਲਿਆ। ਇਸ ਕਰਕੇ ਬਾਣੀ ਨੂੰ ਮਹਾਰਾਜ ਗੁਰੂ ਕਹਿੰਦੇ ਨੇ, ਜਿਨ੍ਹਾਂ ਨੇ ਪ੍ਰਤੱਖ ਕਰਕੇ ਗੁਰੂ ਮੰਨਿਆ ਉਹਨਾਂ ਤੇ ਬਖਸ਼ਿਸ਼ ਹੋਈ। ਇੱਕ ਵਾਰੀ ਸ਼ਬਦ ਵਿਚ ਹਾਜ਼ਰੀ ਲਵਾਈਏ। ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ। ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਗੁਰਬਾਣੀ। ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਗੁਰੂ। ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਗੁਰੂ ਨਿਸਤਾਰੇ, ਪ੍ਰਤੱਖ ਗੁਰੂ। ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਵਿੱਚ ਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ। ਇਹ ਬਾਣੀ ਨੂੰ ਗੁਰੂ ਸਮਝ ਕੇ ਸੁਖਮਣੀ ਸਾਹਿਬ ਦਾ ਪਾਠ ਸਿੰਘ ਕਰਦਾ ਸੀ ਤੇ ਹੁਣ ਗੁਟਕਾ ਸਾਹਿਬ ਨਹੀਂ ਲੱਭਦਾ। 2-4 ਦਿਨ ਜਦੋਂ 10 ਦਿਨ ਥੋੜਾ ਜਿਹਾ ਧਿਆਨ ਗਿਆ ਨਾ, ਅੰਦਰ ਨੂੰ ਤੜਫਣਾ ਲੱਗਦੀ ਵੀ ਕਿਤੇ ਉਹ ਗੁਟਕਾ ਸਾਹਿਬ ਮਿਲੇ। ਤੇ ਉਹ ਹਾਲਾਤ ਐਸੀ ਸਿੰਘਾਂ ਦੀ ਜਿਨ੍ਹਾਂ ਨੇ ਕੱਟਿਆ ਸਾਧ ਸੰਗਤ ਜੀ, ਉਹ ਜਾਣਦੇ ਨੇ ਉਹ ਕੁਰਬਾਨੀਆਂ। ਬਾਅਦ ਵਿਚ ਮਖੌਲ ਕਰਨ ਵਾਲੇ ਤੇ ਬੜੇ ਆ ਗਏ, ਕੁਝ ਨਹੀਂ ਬਣਿਆ ਜੀ,
ਮਿਲਿਆ ਕੀ ਏ ਜੀ, ਪਹਿਲੇ ਸਿੱਖਾਂ ਨੇ ਤੇ ਆਹ ਕਰ ਦਿੱਤਾ ਸੀ, ਇਹਨਾਂ ਤੋਂ ਤੇ ਹੁਣ ਬਣੇ ਹੀ ਕੁਝ ਨੀ ਜੀ। ਇਹ ਆਪਾਂ ਗੱਲਾਂ ਕਰਨ ਵਾਲੇ ਪੀਜੇ ਖਾਣ ਵਾਲੇ ਆ, ਜਿਨ੍ਹਾਂ ਹੰਡਾਇਆ ਨਾ ਉਹ ਨਹੀਂ ਬੋਲਦੇ ਬਹੁਤਾ, ਉਹ ਵਿਖਾਉਂਦੇ ਵੀ ਨੀ ਕਿਸੇ ਨੂੰ ਵੀ ਅਸੀਂ ਆਹ ਕੁਝ ਕੀਤਾ। ਚੁੱਪ ਕਰਕੇ ਸੇਵਾ ਕੀਤੀ ਗੁਰੂ ਕੇ ਸਿੱਖਾਂ ਨੇ, ਜਿਨ੍ਹਾਂ ਦਾ ਅੱਜ ਤੱਕ ਪਤਾ ਵੀ ਨਹੀਂ, ਤੇ ਨਾ ਹੀ ਉਹਨਾਂ ਨੇ ਮਾਣ ਵਿਚ ਆ ਕੇ ਦੂਜੇ ਸਿੱਖਾਂ ਨੂੰ ਮਖੌਲ ਕੀਤੇ ਨੇ ਵੀ ਆਹ ਤੇ ਕੁਝ ਵੀ ਨਹੀਂ, ਐਵੇਂ ਭੇਡਾਂ ਤੁਰੇ ਫਿਰਦੇ ਨੇ, ਕੰਮ ਤੇ ਸਾਰਾ ਅਸੀਂ ਕੀਤਾ। ਕਿਸੇ ਨੂੰ ਨਹੀਂ ਕਹਿਣਗੇ ਉਹ ਸੇਵਾ ਹੈ। ਚੁੱਪ ਕਰਕੇ ਸਿੱਧੇ ਸਾਧੇ ਖੱਦਰ ਦੀਆਂ ਕੁੜਤੀਆਂ ਪਾ ਕੇ ਕਾਰ ਸੇਵਾ ਵਾਲਿਆਂ ਦੀ, ਇਸ ਤਰ੍ਹਾਂ ਦੇ ਸਾਨੂੰ ਸਿੱਖ। ਉਹਨਾਂ ਨੇ ਜਦੋਂ ਭੁੱਖ ਲੱਗੀ ਬਾਣੀ ਦੀ ਨਾ, ਤੇ ਬਾਣੀ ਪੜਨ ਨੂੰ ਉਹਨੇ ਕਿਸੇ ਨੂੰ ਕਿਹਾ ਵੀ ਮੈਨੂੰ ਗੁਟਕਾ ਸਾਹਿਬ ਚਾਹੀਦਾ। ਉਹ ਕਹਿੰਦੇ ਗੁਟਕਾ ਸਾਹਿਬ ਇੱਥੇ ਕਿੱਥੇ ਰੱਖੇਗਾ, ਇੱਥੇ ਇਸ਼ਨਾਨ ਵਾਸਤੇ ਤੇ ਪਾਣੀ ਕੋਈ ਨਹੀਂ ਮਿਲਦੇ, 3 ਕਿਲੋ ਤੇ ਪਾਣੀ ਦਿੰਦੇ ਨੇ 24 ਘੰਟਿਆਂ ਵਿੱਚ, ਉਹ ਹੀ ਪੀਣਾ ਤੇ ਉਹਦੇ ਨਾਲ ਹੀ ਮੂੰਹ ਧੋਣਾ ਤੇ ਉਹੀ ਸਾਰਾ ਕੁਝ, ਪਾਣੀ ਨਹੀਂ ਸੀ ਮਿਲਦਾ। ਉਹਦੇ ਅੰਦਰ ਤੀਬਰਤਾ ਲੱਗੀ ਤੇ ਇੱਕ ਦਿਨ ਅੰਦਰੋਂ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜੀ ਮੈਂ ਬਾਣੀ ਪੜ੍ਹਨੀ ਹੈ ਤੇ ਮੇਰੇ ਤੇ ਕਿਰਪਾ ਕਰੋ, ਮੇਰੇ ਤੋਂ ਬਾਣੀ ਪੜ੍ਹਨ ਤੋਂ ਬਿਨਾਂ ਰਿਹਾ ਨਹੀਂ ਜਾਂਦਾ, ਮੈਨੂੰ ਨੀਂਦ ਨਹੀਂ ਪੈਂਦੀ, ਮੇਰੇ ਤੇ ਰਹਿਮਤ ਕਰੋ। ਤੇ ਅੰਦਰੋਂ ਹੀ ਖਿਆਲ ਆਇਆ, ਮਹਾਰਾਜ ਨੇ ਖਿਆਲ ਪੈਦਾ ਕੀਤਾ ਵੀ ਗੁਰੂ ਕੇ ਸਿੱਖਾ ਤੂੰ ਸ਼ੁਰੂ ਤਾਂ ਕਰ, ਤੂੰ ਸ਼ੁਰੂ ਕਰ ਇਸੇ ਤਰ੍ਹਾਂ, ਜੇ ਤੈਨੂੰ ਕੰਠ ਨਹੀਂ ਵੀ। ਉਸ ਸਿੱਖ ਦੇ ਅੰਦਰ ਪ੍ਰੇਰਨਾ ਹੋਈ, ਕਿਉਂਕਿ ਇਹ ਧਿਆਨ ਰੱਖਣਾ, ਜਦੋਂ ਕੋਈ ਚੰਗੀ ਪ੍ਰੇਰਨਾ ਹੁੰਦੀ ਹੈ ਨਾ, ਚੰਗੀ ਸਮਝ ਲਓ ਗੁਰੂ ਉਦੋਂ ਅੰਦਰ ਬਹਿ ਕੇ ਉਹ ਗੱਲਾਂ ਦੱਸ ਰਿਹਾ ਸਿੱਖ ਨੂੰ, ਚੰਗੀ ਪ੍ਰੇਰਨਾ ਜਿਹੜੀ, ਇਹ ਧਿਆਨ ਵਿੱਚ ਰੱਖਣਾ। ਤੇ ਜਦੋਂ ਪ੍ਰੇਰਨਾ ਹੋਵੇਗੀ ਨਾ ਗਲਤ ਪਾਸੇ ਦੀ, ਉਦੋਂ ਕਲਯੁਗ ਅੰਦਰ ਬਹਿ ਕੇ ਇਸ਼ਾਰੇ ਕਰ ਰਿਹਾ ਵੀ ਇਧਰ ਨੂੰ ਚਲਾ ਜਾ। ਇਹ ਦੋ ਨਿਸ਼ਾਨੀਆਂ ਨੇ, ਕਲਯੁਗ ਵੀ ਆਪਣੇ ਥਾਂ ਤੇ ਕੰਮ ਕਰਦਾ ਤੇ ਗੁਰੂ ਕੀ ਬਾਣੀ ਵੀ ਕੰਮ ਕਰਦੀ। ਅੰਦਰੋਂ ਖਿਆਲ ਆਇਆ ਵੀ ਸਿੱਖਾ ਤੂੰ ਸ਼ੁਰੂ ਤੇ ਕਰ। ਉਹ ਕਹਿੰਦਾ ਮੈਂ ਚੌਂਕੜਾ ਮਾਰ ਕੇ ਨਾ ਹੱਥ ਜੋੜ ਕੇ ਬਹਿ ਗਿਆ ਤੇ ਪੜਿਆ ਗੌੜੀ ਸੁਖਮਣੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਆਦਿ ਗੋਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ੍ਰੀ ਗੁਰਦੇਵੇ ਨਮੈ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ। ਪਹਿਲੀ ਅਸ਼ਟਪਦੀ ਸੀ। ਆਮ ਤੌਰ ਤੇ ਇੱਕ ਦੋ ਅਸ਼ਟਪਦੀਆਂ ਕਿਸੇ ਬਾਣੀ ਨੂੰ ਤੁਸੀਂ ਪੜ੍ਹੋ ਤੇ ਯਾਦ ਹੋ ਜਾਂਦੀ ਨੇ ਕੁਦਰਤੀ। ਉਹ ਪੜ੍ਹਿਆ, ਉਹਨੇ ਸੋਚਿਆ, ਇੱਕ ਸਲੋਕ ਪੜ੍ਹਿਆ, ਦੂਜਾ ਪੜ੍ਹਿਆ, ਤੀਜਾ। ਉਹ ਕਹਿੰਦਾ ਮੈਂ ਹੈਰਾਨ ਹੋ ਗਿਆ ਵੀ ਸੁਖਮਣੀ ਸਾਹਿਬ ਰੁਕੇ ਹੀ ਨਾ, ਲਗਾਤਾਰ ਕੰਠ ਚੱਲਣ ਲੱਗ ਪਈ। ਉਸੇ ਤਰ੍ਹਾਂ ਬਣ ਉਹ ਕਹਿੰਦਾ ਵੀ ਮੈਂ ਉਦੋਂ ਹੈਰਾਨ ਹੋ ਗਿਆ ਜਦੋਂ ਸੁਖਮਣੀ ਸਾਹਿਬ ਦਾ ਪਾਠ 24 ਨੰਬਰ ਸਲੋਕ ਤੇ ਗਿਆ, ਪੂਰਾ ਪ੍ਰਭ ਅਰਾਧਿਆ ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਨਿਕਟ ਕਰ ਪੇਖ। ਇਸ ਚੀਜ਼ ਨੇ ਕੰਮ ਕਰ ਦਿੱਤਾ ਗੁਰੂ ਨੂੰ ਨੇੜੇ ਸਮਝ ਕੇ। ਸਾਰਾ ਸੁਖਮਣੀ ਸਾਹਿਬ ਜਿਹੜਾ ਉਹਨੇ ਯਾਦ ਕੀਤਾ ਹੀ ਨਹੀਂ ਸੀ, ਉਹ ਕੋਲ ਸਮਝ ਕੇ ਗੁਰੂ ਸਾਹਿਬ ਨੂੰ, ਤੇ ਉਹਨੇ ਬਾਣੀ ਪੜ੍ਹੀ ਤੇ ਬਾਣੀ ਨੇ ਆਪਣਾ ਪ੍ਰਤਾਪ ਵਿਖਾਇਆ, ਬਾਣੀ ਆਪਣੇ ਆਪ ਅੰਦਰ ਚੱਲਣ ਲੱਗ ਪਈ ਰਸਨਾ ਤੇ। ਇਹ ਤੁਕ ਉਹਨੇ ਬੜੇ ਪਿਆਰ ਨਾਲ ਪੜ੍ਹੀ, ਆਪਾਂ ਵੀ ਪੜ੍ਹੀਏ ਪਿਆਰ ਨਾਲ। ਪੂਰੇ ਗੁਰ ਕਾ ਸੁਣ ਉਪਦੇਸ਼, ਪੂਰੇ ਗੁਰ ਕਾ ਸੁਣ ਉਪਦੇਸ਼, ਪੂਰੇ ਗੁਰ ਕਾ ਪੂਰੇ ਗੁਰ ਕਾ ਸੁਣ ਉਪਦੇਸ਼, ਪੂਰੇ ਗੁਰ ਕਾ ਸੁਣ ਉਪਦੇਸ਼, ਪੂਰੇ ਪਾਰ ਬ੍ਰਹਮ ਨਿਕਟ ਕਰ ਪੇਖ, ਪਾਰ ਬ੍ਰਹਮ ਨਿਕਟ ਕਰ ਪੇਖ, ਪਾਰ ਬ੍ਰਹਮ ਪੂਰੇ ਗੁਰ ਕਾ ਸੁਣ ਉਪਦੇਸ਼, ਪੂਰੇ ਗੁਰ ਕਾ ਸੁਣ ਉਪਦੇਸ਼, ਪੂਰੇ ਇਹ ਬਾਣੀ ਦਾ ਪ੍ਰਤਾਪ ਹੈ ਕਿ ਬਾਣੀ ਆਪਣੇ ਆਪ ਸਿੱਖ ਦੇ ਅੰਦਰ ਉਹਨੂੰ ਉਪਦੇਸ਼ ਦੇਣ ਲੱਗ ਪੈਂਦੀ। ਅੱਜ ਦੇ ਸਲੋਕ ਦੇ ਅਰਥਾਂ ਵੱਲ ਤੁਰਾਂਗੇ। ਸੁੱਤੜੇ ਸੁਖੀ ਸਵੰਨ, ਸੁੱਤੜੇ ਸੁਖੀ ਸਵੰਨ, ਉਹ ਸੁਖ ਦੀ ਨੀਂਦ ਵਿੱਚ ਸ਼ਾਂਤ ਹੋ ਕੇ ਟਿਕ ਗਏ ਨੇ। ਇੱਥੇ ਸੌਣ ਦਾ ਅਰਥ
ਸਰੀਰ ਦੀ ਨੀਂਦ ਨਹੀਂ ਹੈ। ਇੱਥੇ ਸੌਣ ਦਾ ਅਰਥ ਮਾਇਆ ਦੀ ਨੀਂਦ ਵੀ ਨਹੀਂ ਹੈ, ਇੱਥੇ ਨੀਂਦ ਦਾ ਅਰਥ ਹੈ ਮਨ ਦੀ ਗਹਿਰੀ ਸ਼ਾਂਤੀ, ਮਨ ਦਾ ਗਹਿਰਾ ਟਿਕਾ। ਕਿਉਂਕਿ ਨਾਮ ਠੰਡਾ ਹੈ, ਆਪਾਂ ਪਹਿਲਾਂ ਵਿਚਾਰਿਆ ਨਾਮ ਅੰਦਰ ਆਉਣਾ ਸ਼ੁਰੂ ਹੋਇਆ ਸਭ ਤੋਂ ਪਹਿਲੀ, ਅਜੇ ਤੇ ਆਪਾਂ ਜਪਦੇ ਨਹੀਂ, ਸਾਧ ਸੰਗਤ ਜੀ ਗੁਰੂ ਘਰ ਆ ਕੇ ਨਮਸਕਾਰ ਕਰਕੇ ਭਾਵੇਂ ਨਹੀਂ ਵੀ ਨਿਤਨੇਮ ਕਰਦੇ, ਆਪਾਂ ਚੌਂਕੜਾ ਲਾ ਕੇ ਬਹਿ ਜਾਈਏ ਨਾ। ਕਈ ਸਰੀਰ ਕਹਿੰਦੇ ਵੀ ਅੰਜ ਲੱਗਦਾ ਵੀ ਸਾਨੂੰ ਪਾਣੀ ਸਾਡੇ ਅੰਦਰ ਵੜਦੀ ਜਾਂਦੀ, ਸਰੀਰ ਦੇ ਵਿੱਚ ਰੋਮਾਂ ਦੇ ਰਾਹੀਂ ਅੰਦਰ ਸਾਨੂੰ ਠੰਡ ਪਾਉਂਦੀ। ਕਈ ਵਾਰੀ ਆਦਤ ਪਈ ਹੈ, ਕੋਈ ਨਿਯਮ ਬਣਾਇਆ ਨਹੀਂ, ਕਦੀ ਉੱਠ ਪਏ, ਕਦੀ ਆ ਗਏ, ਕਦੀ ਵਿੱਚੋਂ ਛੱਡ ਕੇ ਤੁਰ ਗਏ, ਉਹ ਆਦਤਾਂ ਨੇ ਸਾਡੀਆਂ। ਪਰ ਜੇ ਕਿਤੇ ਉਹ ਅੰਦਰ ਬਾਣੀ ਠੰਡ ਪਾਉਂਦੀ ਏ, ਅੰਦਰ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੰਦੀ ਏ, ਕਿਉਂਕਿ ਨਾਮ ਠੰਡਾ ਬਹੁਤ ਏ, ਮਨ ਨੂੰ ਠੰਡ ਪਾਉਂਦਾ। ਗੁਰੂ ਸਾਹਿਬ ਨੇ ਨਾਮ ਦੀ ਤਸੀਰ ਦੱਸੀ ਬਾਣੀ ਦੇ ਵਿੱਚ। ਹਜ਼ੂਰ ਕਹਿੰਦੇ ਨੇ ਨਹਿ ਸੀਤਲੰਗ ਚੰਦਰ ਦੇਵੈ। ਚੰਦਰਮਾ ਬੜਾ ਠੰਡਾ ਏ, ਚੰਦਰਮਾ ਦੀਆਂ ਕਿਰਨਾਂ ਬੜੀਆਂ ਠੰਡ ਪਾਉਂਦੀਆਂ ਨੇ ਸਰੀਰ ਨੂੰ। ਪਰ ਜਿੱਦਣ ਅੰਦਰ ਨਾਮ ਦਾ ਚੰਦਰਮਾ ਚੜ ਗਿਆ ਨਾ, ਉਦਣ ਇਹ ਚੰਦਰਮਾ ਫਿੱਕਾ ਪ੍ਰਤੀਤ ਹੋਣਾ ਸ਼ੁਰੂ ਹੋ ਜਾਏਗਾ। ਇਹ ਚੰਦਰਮਾ ਠੀਕ ਏ, ਠੰਡ ਪਾਉਂਦਾ ਬਾਹਰਲੇ ਸਰੀਰ ਨੂੰ। ਕਹਿੰਦੇ ਜਿੱਦਣ ਅੰਦਰ ਨਾਮ ਦਾ ਚੰਦਰਮਾ ਚੜ ਗਿਆ ਨਾ, ਅੰਦਰਲੀ ਪੂਰਨਮਾਸ਼ੀ ਜਾਗ ਪਈ ਸਰੀਰ ਦੇ ਵਿੱਚ, ਹਿਰਦੇ ਦੇ ਅੰਦਰ, ਉਦਣ ਬਾਹਰਲਾ ਚੰਦਰਮਾ ਫਿੱਕਾ ਪੈ ਗਿਆ। ਨਹਿ ਸੀਤਲੰਗ ਚੰਦਰ ਦੇਵ ਹੈ, ਇਹ ਵੀ ਠੰਡਾ ਨਹੀਂ ਨਾਮ ਜਿੰਨਾ, ਆ ਚੰਦਰਮਾ ਜਿਹੜਾ ਇਹਦੀ ਚਾਂਦਨੀ ਵੀ ਓਨੀ ਠੰਡੀ ਨਹੀਂ। ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ। ਚੰਦਨ ਬੜਾ ਠੰਡਾ ਹੈ, ਮੱਥੇ ਤੇ ਲਾਉਂਦੇ ਨੇ ਲੋਕ, ਚੰਦਨ ਬੜਾ ਠੰਡਾ, ਰਗੜ ਕੇ ਮੱਥੇ ਲਾਉਂਦੇ ਠੰਡ ਪਾਉਂਦਾ। ਪਰ ਜਿਨ੍ਹਾਂ ਦੇ ਮਸਤਕ ਵਿਚ ਨਾਮ ਦੀ ਅਵਸਥਾ ਵਸ ਗਈ ਏ, ਉਨ੍ਹਾਂ ਅੱਗੇ ਚੰਦਨ ਵੀ ਬਹੁਤਾ ਠੰਡਾ ਨਹੀਂ ਲੱਗਦਾ, ਨਾਮ ਉਹਦੇ ਤੋਂ ਕਈ ਹਜ਼ਾਰ ਗੁਣਾ ਠੰਡਾ, ਕਈ ਹਜ਼ਾਰ ਗੁਣਾ, ਉਹਨੂੰ ਤੁਲਨਾ ਦਿੱਤੀ ਨਹੀਂ ਜਾ ਸਕਦੀ ਚੰਦਨ ਦੇ ਨਾਲ। ਨਹਿ ਸੀਤਲੰਗ ਬਾਵਨ ਚੰਦਨ ਹੈ, ਨਹਿ ਸੀਤਲੰਗ ਸੀਤ ਰੂਤੇਨ, ਸੀਤ ਰੂਤੇਨ ਮੈਨੇ ਆ, ਜਿਵੇਂ ਬਰਫ਼ ਪੈ ਰਹੀ ਹੈ ਇਹਨੂੰ ਕਹਿੰਦੇ ਸੀਤ, ਸੀਤਲ ਰੁੱਤ ਠੰਡ। ਮਹਾਰਾਜ ਕਹਿੰਦੇ ਆ ਜਿਹੜੀ ਬਰਫ਼ ਹੈ ਨਾ, ਇਹ ਵੀ ਨਹੀਂ ਇੰਨੀ ਠੰਡੀ ਜਿੰਨਾ ਨਾਮ ਠੰਡਾ। ਜਿਨ੍ਹਾਂ ਦੇ ਅੰਦਰ ਮੀਂਹ ਪੈ ਗਿਆ, ਉਹ ਕਹਿੰਦੇ ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਅਨੰਦ ਵਿਨੋਦ ਕਰੈ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ, ਜਨਮ ਜਨਮ ਕਾ ਵਿਛੜਿਆ ਮਿਲਿਆ, ਸੰਤ ਕਿਰਪਾ ਤੇ ਸੂਕਾ ਹਰਿਆ, ਸੁਮਤ ਪਾਏ ਨਾਮ ਧਿਆਏ, ਬਹੁਰ ਨ ਹੋਈਐ ਜੌਲਾ ਜੀਓ। ਨੈ ਸੀਤਲੰਗ ਸੀਤ ਰੂਤੇਨ, ਇਹ ਠੰਡ ਵੀ ਓਨੀ ਠੰਡੀ ਨਹੀਂ, ਜਿੱਦਣ ਨਾਮ ਅੰਦਰ ਟਿਕਦਾ ਸਭ ਠੰਡਾ ਹੋ ਜਾਂਦਾ, ਸਿਰ ਤੋਂ ਪੈਰਾਂ ਤੱਕ ਇੱਕ ਇੱਕ ਰੋਮ। ਨੈ ਸੀਤਲੰਗ ਸੀਤ ਰੂਤੇਨ, ਨਾਨਕ ਸੀਤਲੰਗ ਸਾਧ ਸਵੱਜਣਾ, ਜਿਹੜੇ ਸਾਧੂਆਂ ਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ, ਕੇਵਲ ਉਹ ਹੀ ਠੰਡੇ ਹੋਏ ਨੇ, ਕੇਵਲ ਉਨ੍ਹਾਂ ਦੇ ਵਿਚ ਠੰਡ ਹੈ। ਇਹਦੇ ਨਾਲ ਮਿਲਦਾ ਇੱਕ ਹੋਰ ਵੀ ਸਲੋਕ ਕਿਹਾ ਗੁਰੂ ਸਾਹਿਬ ਨੇ, ਉਹ ਕਹਿੰਦੇ ਨੇ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ। ਮਨ ਦੇ ਅੰਦਰ ਜਿਹੜੀ ਭਟਕਣਾ ਹੈ ਨਾ, ਗਰਮੀ ਹੈ, ਭਟਕਦਾ ਕਿਉਂ ਹੈ, ਤ੍ਰਿਪਤੀ ਨਹੀਂ, ਸੰਤੋਖ ਨਾ ਹੋਣ ਦੇ ਕਾਰਨ, ਜੋ ਮਿਲਿਆ ਉਧਰ ਨਹੀਂ ਵੇਖਦਾ, ਹੋਰ ਅੱਗੇ ਭੱਜ ਪੈਂਦਾ, ਜੋ ਕੋਲ ਹੈ ਉਧਰ ਵੇਖਦਾ ਹੀ ਨਹੀਂ, ਤ੍ਰਿਪਤੀ ਕਿੱਥੋਂ ਆਵੇ, ਜੋ ਨਹੀਂ ਉਹਦੇ ਵਿਚ ਰਹਿੰਦਾ। ਗੁਰੂ ਸਾਹਿਬ ਨੇ ਜਿਹੜੀ ਮਨ ਨੂੰ ਸ਼ਾਂਤੀ ਦੇਣ ਦੀ, ਸ਼ਾਂਤੀ ਹੋਰ ਚੀਜ਼ ਹੈ ਸਾਧ ਸੰਗਤ ਜੀ, ਅੰਦਰ ਦੀ ਠੰਡ ਹੋਰ ਚੀਜ਼ ਹੈ, ਰਿੱਧੀਆਂ ਸਿੱਧੀਆਂ ਹੋਰ ਚੀਜ਼ ਨੇ, ਆ ਦੋਵੇਂ ਤਪਦੇ ਫਿਰਦੇ ਨੇ। ਭਾਵੇਂ ਮਾਇਆ ਕਿੰਨੀ ਇਕੱਠੀ ਕਰ ਲਓ, ਉਹਨੇ ਤਪਸ਼ ਨਹੀਂ ਘਟਾਉਣੀ, ਸਗੋਂ ਤਪਸ਼ ਵੱਧਦੀ ਹੈ। ਮਾਇਆ ਜਿਹੜੀ ਹੈ, ਠੀਕ ਹੈ, ਮਾਇਆ ਨੂੰ ਇੰਨਾ ਆਪਾਂ ਖੰਡਿਤ ਨਹੀਂ ਕਰਨਾ, ਕਿਉਂਕਿ ਉਹ ਜ਼ਿੰਦਗੀ ਦਾ ਹਿੱਸਾ ਹੈ। ਪਰ ਜੇ ਸੁਰਤੀ 24 ਘੰਟੇ ਮਾਇਆ ਵਿਚ ਰਹਿਣ ਲੱਗ ਪਏ, ਮਾਇਆ ਦੇ ਵਿਚ ਉਹਦੇ ਸਰੀਰ ਦੇ ਵਿਚ ਗਰਮੀ ਰਹਿਣ ਲੱਗ ਪੈਂਦੀ, ਕਿਸੇ ਟੈਸਟ ਵਿਚ ਵੀ ਨਹੀਂ ਆਉਂਦੀ, ਜਿੱਥੇ ਮਰਜ਼ੀ ਟੈਸਟ ਕਰਾ ਲਓ। ਆ ਕਿਸੇ ਨੂੰ ਹੋ ਗਿਆ ਸੀ ਪਿੱਛੇ, ਅਮੀਰ ਬੜਾ ਸੀ, ਕਾਰੋਬਾਰ ਬਹੁਤ ਵੱਡਾ ਸੀ, ਕਰੋੜਪਤੀ ਸੀ,
ਅਰਬਾਂਪਤੀ ਤੇ ਹੁੰਦਾ ਕੀ ਸੀ, ਸਰੀਰ ਵਿਚ ਜਲਨ ਪੈਂਦੀ ਸੀ, ਜਲਨ ਸਾੜ ਪੈਂਦਾ ਸੀ। ਹੁਣ ਚਲੋ ਸਾੜ ਪੈਂਦਾ, ਕਈ ਵਾਰੀ ਸਰੀਰ ਦਾ ਵੀ ਕੋਈ ਪ੍ਰੋਬਲਮ ਹੋਵੇ ਤਾਂ ਵੀ ਸਰੀਰ ਸੜਦਾ ਅੰਦਰੋਂ, ਕੋਈ ਤੱਤ ਵੱਧ ਕੱਟ ਜਾਏ, ਪਰ ਉਹ ਅਮੀਰ ਬੰਦਾ ਸੀ, ਉਹਨੇ ਸਾਰੇ ਥਾਵਾਂ ਤੇ ਕਿਉਂਕਿ ਮਾਇਆ ਕਮੀ ਨਹੀਂ ਸਾਰੇ ਟੈਸਟ ਕਰਾਏ, ਉਹਨਾਂ ਨੇ ਕਿਹਾ ਵੀ ਤੇਰੇ ਸਰੀਰ ਵਿਚ ਤੇ ਭਾਈ ਨੁਕਸ ਕੋਈ ਹੈ ਨਹੀਂ, ਤੇਰੇ ਸਰੀਰ ਵਿਚ ਕੋਈ ਨੁਕਸ ਨਹੀਂ। ਉਹ ਕਹਿੰਦਾ ਮੈਂ ਤੇ ਸੌ ਹੀ ਨਹੀਂ ਸਕਦਾ, ਮੇਰਾ ਤੇ ਸਿਰ ਤੋਂ ਲੈ ਕੇ ਪੈਰ ਤੱਕ ਸਰੀਰ ਸੜਦਾ ਅੰਦਰੋਂ। ਫਿਰ ਕਿਸੇ ਗੁਰਮੁਖ ਨੂੰ ਮਿਲਿਆ, ਉਹਨੇ ਕਿਹਾ ਤੈਨੂੰ ਪਤਾ ਵੀ ਸੱਪ ਕਿਉਂ ਸੜਦਾ ਰਹਿੰਦਾ, ਸੱਪ ਕਿਉਂ ਸੜਦਾ, ਸੱਪ ਦੇ ਸਰੀਰ ਵਿਚ ਤਾਂ ਸਾੜ ਪੈਂਦਾ ਹੈ ਕਿਉਂਕਿ ਸਰਪ ਦੀ ਜੂਣ ਮਿਲਦੀ ਉਹਨੂੰ, ਇਹ ਜਿਹੜਾ ਪਿਛਲਾ ਜਨਮ ਮਾਇਆ ਦੇ ਵਿਚ ਫਸਿਆ ਰਹਿੰਦਾ। ਸੱਪ ਮਨੁੱਖ ਤੋਂ ਜਿਹੜੀ ਸੈਕਿੰਡ ਜੂਨ ਏ, ਬਾਅਦ ਵਿਚ ਮਿਲਣ ਵਾਲੀ ਜੂਨ ਏ ਸਰਪ ਜਿਹੜਾ, ਕਿਉਂਕਿ ਜੇ ਮਨੁੱਖਾ ਸਰੀਰ ਵਿਚ ਧਿਆਨ 24 ਘੰਟੇ ਮਾਇਆ ਵਿਚ ਰਿਹਾ, 24 ਘੰਟੇ ਮਾਇਆ ਧਾਰੀ ਹੋਣਾ ਹੋਰ ਚੀਜ਼ ਏ, ਮਾਇਆ ਨੂੰ ਵਰਤਣਾ ਹੋਰ ਚੀਜ਼ ਏ। ਇਕ ਹੁੰਦਾ ਵੀ ਮਾਇਆ ਬੰਦਾ ਵਰਤੀ ਜਾਂਦਾ, ਇਕ ਹੁੰਦਾ ਵੀ ਧਿਆਨ ਉਹਦੇ ਵਿਚ ਚੰਬੜ ਜਾਂਦਾ ਉਹਨੂੰ। ਉਹ ਬਾਣੀ ਦਾ ਫੈਸਲਾ ਮੈਂ ਆਪਣੇ ਕੋਲੋਂ ਨੀ ਤੁਹਾਨੂੰ ਕਹਿ ਰਿਹਾ, ਬਈ ਗੁਰੂ ਸਾਹਿਬ ਕਹਿੰਦੇ ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵੱਲ ਵੱਲ ਉਹ ਤਰੈ। ਜਿਹੜੇ ਸਰੀਰ ਦੇ ਵਿਚ ਮਾਇਆ ਦਾ ਚਿੰਤਨ 24 ਘੰਟੇ ਚੱਲ ਰਿਹਾ ਉਹਦੇ ਸਰੀਰ ਦੇ ਵਿਚ ਹੀ ਅਗਲੇ ਜਨਮ ਦੀ ਧਾਰੀ ਬਣ ਜਾਂਦੀ ਏ, ਛੋਟੀ ਸੂਖਮ ਤੌਰ ਤੇ ਫੋਟੋ ਹੋਣ ਲੱਗ ਪੈਂਦੀ ਉਹਦੇ ਸਰੀਰ ਚ ਅੱਗੋਂ ਕੀ ਬਣਨਾ ਇਹਨੇ, ਮਹਾਰਾਜ ਵੇਖ ਲੈਂਦੇ ਸੀ। ਤਾਂ ਹੀ ਉਹਨਾਂ ਨੇ ਕਿਹਾ ਵੀ ਕਰਤੂਤ ਪਸ਼ੂ ਕੀ ਮਾਨਸ ਜਾਤ, ਜਦੋਂ ਅਗਲਾ ਸਰੀਰ ਜਿਹੜਾ ਮਿਲਣਾ ਨਾ ਉਹਦਾ ਸੂਖਮ ਰੂਪ ਅੰਦਰ ਬਣ ਜਾਂਦਾ ਵੀ ਅਗਲੇ ਜਨਮ ਵਿਚ ਕਿਤੇ ਜਾਣਾ। ਉਹ ਸੱਪ ਦੀ ਜੂਨ ਹੈ, ਉਹ ਮਾਇਆ ਦੀ ਖਿੱਚ ਹੈ, ਤੇ ਸੱਪ ਦਾ ਸਿਰ ਸੜਦਾ ਰਹਿੰਦਾ, ਸਿਰ ਬਹੁਤ ਸੜਦਾ, ਅੰਦਰ ਜ਼ਹਿਰ ਹੁੰਦੀ। ਤੇ ਜਿਹੜਾ ਸਰੀਰ ਮਾਇਆ ਦਾ ਬਹੁਤਾ ਧਿਆਨ ਕਰੇ ਨਾ, ਉਹ ਕਈ ਵਾਰੀ ਬੰਦੇ ਦਾ ਸਰੀਰ ਕੋਲ ਹੁੰਦਾ ਤੇ ਤਾਂ ਵੀ ਉਹਦਾ ਸਰੀਰ ਸੜਨ ਲੱਗ ਪੈਂਦਾ, ਸੱਪ ਵਾਂਗੂ ਹੋ ਜਾਂਦਾ, ਸੱਪ ਵਾਂਗੂ ਡੰਗ ਹੀ ਮਾਰਦਾ, ਖਾਣ ਪੈਂਦਾ ਜਿਹੜਾ ਅੱਗੇ ਆ ਗਿਆ, ਉਹਦੇ ਕੋਲ ਠੰਡ ਨਹੀਂ ਮਿਲਦੀ। ਮਾਇਆ ਧਾਰੀ ਦੀ ਕੀ ਨਿਸ਼ਾਨੀ ਹੈ, ਕੋਲ ਬਹਿਣ ਨੂੰ ਜੀ ਨਹੀਂ ਕਰਦਾ, ਵੀ ਇਹਦੇ ਆਲੇ ਦੁਆਲੇ ਜਿਹੜੀ ਵੇਵਜ ਜਾ ਰਹੀਆਂ ਨੇ, ਜਿਹੜੀਆਂ ਤਰੰਗਾਂ ਨੇ, ਉਹ ਸਾੜਦੀਆਂ ਨੇ ਮਨੁੱਖ ਨੂੰ, ਧੀਰਜ ਨਹੀਂ ਦਿੰਦੀਆਂ, ਟਿਕਾ ਨਹੀਂ ਦਿੰਦੀਆਂ। ਇਹਦੂ ਬਹੁਤ ਸੜਦਾ ਸੀ ਸਰੀਰ ਇਹਦਾ, ਸਾਰੇ ਟੈਸਟ ਕਰਾਏ ਕਿਤੇ ਉਹਨੂੰ ਪਤਾ ਲੱਗਦਾ। ਫਿਰ ਕੋਈ ਗੁਰਮੁਖ ਮਿਲਿਆ, ਉਹਨੇ ਕਿਹਾ ਵੀ ਤੇਰੀ ਸੁਰਤੀ ਵਿਚ ਜਲਣ ਏ, ਸੁਰਤੀ ਵਿਚ ਸਾੜ ਪੈਂਦਾ। ਉਹਨੇ ਕਿਹਾ ਕਿਉਂ, ਕਹਿੰਦੇ 24 ਘੰਟੇ ਨੋਟ ਹੀ ਗਿਣਦਾ ਰਹਿੰਦਾ ਇੱਥੇ ਦਿਮਾਗ ਵਿਚ 24 ਘੰਟੇ। ਕਹਿੰਦੇ ਕੋਈ ਦਵਾਈ ਹੈ, ਕਹਿੰਦੇ ਦਵਾਈ ਇਹ ਵੀ ਇਹਦੇ ਵਿਚੋਂ ਤੇਰੇ ਕੋਲ ਜਿੰਨਾ ਕੁ ਹੈ ਅੱਧਾ ਕੁ ਵੰਡ ਦੇ, ਅੱਧਾ ਕੁ। ਕਹਿੰਦੇ ਅੱਧਾ ਵੰਡਣ ਤੋਂ ਪਹਿਲਾਂ ਮੈਂ ਮਰ ਜਾਗਾ, ਜੇ ਵਿਚੋਂ ਇਕ ਪੈਸਾ ਵੀ ਕੱਢ ਦਿੱਤਾ, ਮੇਰੀ ਜਿੰਦੀ ਉਹਦੇ ਵਿਚ ਵਸਦੀ ਏ, ਸਰੀਰ ਵਿਚ ਥੋੜੀ ਜਿੰਦ ਰਹਿੰਦੀ ਮੇਰੀ। ਮੇਰਾ ਹਾਲ ਉਹ ਜਿਹੜਾ ਹਾਲ ਗੁਰੂ ਸਾਹਿਬ ਨੇ ਲਿਖਿਆ ਭਗਤ ਰਵਿਦਾਸ ਜੀ ਨੇ, ਉਹ ਕਹਿੰਦੇ ਮਾਟੀ ਕੋ ਪੁਤਰਾ ਕੈਸੇ ਨੱਚਤ ਹੈ, ਇਹ ਮਿੱਟੀ ਦਾ ਪੁਤਲਾ ਕਿਵੇਂ ਨੱਚਦਾ ਪਿਆ। ਜਬ ਕੁਛ ਪਾਵੇ ਤਬ ਗਰਬ ਕਰਤ ਹੈ, ਜਦੋਂ ਤੇ ਮਿਲ ਜਾਂਦਾ ਉਦੋਂ ਤੇ ਹੰਕਾਰੀ ਹੋ ਜਾਂਦਾ ਵੀ ਮੈਂ ਪ੍ਰਾਪਤ ਕੀਤਾ, ਮਾਇਆ ਗਈ ਤਬ ਰੋਵਣ ਲੱਗਤੇ ਤੇ ਉਸੇ ਵੇਲੇ ਰੋਣ ਲੱਗ ਪੈਂਦਾ। ਉਹ ਕਹਿੰਦਾ ਵੀ ਤੂੰ ਅੱਧੀ ਕਹਿੰਦਾ, ਇਹਦੇ ਵਿਚੋਂ ਦੇ 100 ਰੁਪਇਆ ਵੀ, ਕਿਉਂਕਿ ਜਿਹੜਾ ਸ਼ੂਮ ਹੁੰਦਾ ਨਾ, ਸ਼ੂਮ ਉਹ ਮਾਇਆ ਉਹਦੀ ਨਹੀਂ ਹੁੰਦੀ, ਉਹ ਮਾਇਆ ਦਾ ਜਿਹੜਾ ਬਾਡੀਗਾਰਡ ਹੁੰਦਾ ਰਾਖੀ ਕਰਨ ਵਾਲਾ। ਤੁਸੀਂ ਵੇਖਿਆ ਹੋਣਾ ਬੈਂਕ ਦੇ ਅੱਗੇ ਉਹ ਰਾਈਫਲ ਤਾਣ ਕੇ ਖੜੇ ਹੁੰਦੇ ਨੇ ਦਰਵਾਜੇ ਦੇ, ਜਿਹੜਾ ਆਇਆ ਉਹਦੇ ਵੱਲ ਵੇਖਣਗੇ, ਜਿਹੜਾ ਨਿਕਲਿਆ ਉਹਦੇ ਵੱਲ, ਵੀ ਕਿਤੇ ਲੁੱਟ ਕੇ ਨਾ ਲੈ ਜਾਏ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਸੂਮਹਿ ਧਨ ਰੱਖਣ ਕੋ ਦੀਆ, ਸ਼ੂਮ ਬਾਡੀ ਗਾਰਡ ਏ ਮਾਇਆ ਦਾ, ਮਾਇਆ ਉਹਦੀ ਹੈ ਥੋੜੀ, ਉਹਨੇ ਵਰਤਣੀ ਤੇ ਹੈ ਨੀ ਵਿਚਾਰੇ ਨੇ, ਉਹ ਵਰਤਦਾ ਨੀ, ਉਹਨੂੰ ਵਰਤ ਵੀ ਲਵੇ ਚਲੋ ਵਰਤਣ ਵਾਲਾ ਵੀ ਚੰਗਾ ਹੈ। ਸ਼ੂਮੈ ਧਨ ਰੱਖਣ ਕੋ ਦੀਆ, ਮੁਗਧ ਕਹਿ ਧਨ ਮੇਰਾ, ਮੂਰਖ ਕਹਿੰਦਾ ਵੀ ਧਨ ਮੇਰਾ, ਮਹਾਰਾਜ ਕਹਿੰਦੇ ਧਨ ਤੇਰਾ ਕਾਹਦਾ, ਤੂੰ ਤੇ ਸਾਰੀ ਉਮਰ ਬਾਡੀਗਾਰਡ ਬਣ ਕੇ ਅੱਗੇ ਖੜਾ ਦੇ। ਜਮਕਾ ਡੰਡ ਮੂੰਡ ਮੈਂ ਲੱਗਾ, ਇਹ ਕਦੋਂ ਛੱਡਦਾ ਉਹਨੂੰ, ਫਿਰ ਵੀ ਛੱਡਦਾ ਨੀ, ਸੁਰਤੀ ਉੱਥੇ ਰਹਿੰਦੀ ਇਹਦੀ। ਜਦੋਂ ਜਮਾਂ ਦਾ ਡੰਡਾ ਆ ਕੇ ਸਿਰ ਵਿਚ ਵੱਜਦਾ ਨਾ, ਉਹ ਕਹਿੰਦੇ ਉੱਠ ਬਸ, ਹੁਣ ਵੱਜ ਗਿਆ ਤੇਰਾ, ਵਾਜਾ ਹੋ ਗਈ ਸਮਾਪਤੀ। ਉਹ ਫਿਰ ਕਹਿੰਦਾ ਵੀ ਇਹ ਤਾਂ ਹੁਣ ਮਾਇਆ, ਕਹਿੰਦੇ ਮਾਇਆ ਕੋਈ ਗੱਲ ਨੀ, ਉਹ ਤਾਂ ਉਡੀਕਦੇ ਨੇ ਵੀ ਮਗਰੋਂ ਕਦੋਂ ਲਵੇ ਤੇ 4 ਪੈਸੇ ਵਰਤ ਲਈਏ, ਤੂੰ ਛੱਡ ਇਹਨੂੰ, ਹੁਣ
ਉਹ ਤੇ ਕਹਿੰਦੇ ਵੀ ਨਿਕਲੇ ਕਿਸੇ ਪਾਸੇ, ਅੱਠ ਕੁ ਦਿਨ ਲੱਗਣੇ ਨੇ ਬਸ ਪਾਠ ਕਰਾਉਣ ਦੇ, ਤੇ ਫਿਰ ਇਹ ਸਾਡੀ, ਕਿਉਂਕਿ ਇਹ ਦੂਜੇ ਕੋਲ ਚਲੀ ਜਾਂਦੀ, ਆਪਣੇ ਆਪ ਨਾ ਲੱਗ ਜਾਂਦੀ ਹੈ। ਤਾਂ ਉਹ ਫਿਰ ਅਰਦਾਸ ਵੀ ਚੰਗੀ ਵਧੀਆ ਜੀ ਕਰਾਉਂਦੇ ਨੇ ਵੀ ਵਾਪਸ ਨਾ ਆ ਜਾਏ ਕਿਤੇ, ਕਿਉਂਕਿ ਸੰਭਾਵਨਾ ਹੁੰਦੀ ਹੈ ਵਾਪਸ ਉਹਨੇ ਆਉਣਾ ਹੀ ਆਉਣਾ, ਕਿਉਂਕਿ ਉੱਥੇ ਸੁਰਤੀ ਫਸੀ ਹੋਈ ਉਹਦੇ ਵਿੱਚ, ਪਰਤ ਕੇ ਆਏਗੀ ਉੱਥੇ ਗੇੜਾ ਮਾਰੇਗਾ ਜ਼ਰੂਰ। ਇਹ ਤੇ ਹੁਣ ਪਾਠੀ ਸਿੰਘ ਤਕੜੇ ਹੋਣ ਤੇ ਚੰਗੀ ਅਰਦਾਸ ਬਣਾ ਕੇ ਕਰਨ ਦੇ ਫਿਰ ਬਚਾਅ ਹੋ ਸਕਦੇ, ਨਹੀਂ ਤਾਂ ਗੇੜਾ ਜ਼ਰੂਰ ਮਾਰੇਗਾ। ਉਹ ਕਹਿੰਦੇ ਵੀ ਵਾਪਸ ਨਾ ਕਿਤੇ ਆ ਜਾਏ ਬਾਪੂ, ਇਹਨੂੰ ਸਿੱਧੀ ਟਿਕਟ, ਬਸ ਹੁਣ ਤੇ ਡਾਇਰੈਕਟ ਫਲਾਈਟਾਂ ਹੀ ਚੱਲ ਪਈਆਂ, ਹੁਣ ਤੇ ਨਾਨ ਸਟੋਪ ਹੀ ਨੇ, ਸਿੱਧਾ ਉੱਥੇ ਪਹੁੰਚਾ ਦਿਓ ਜਿੱਥੋਂ ਪਰਤ ਕੇ ਨਾ ਆਵੇ। ਤਾਂ ਇਹ ਦੋ ਪ੍ਰਕਾਰ ਦਾ ਇਹ ਗਰਮੀ ਹੈ ਦੀ, ਤੇ ਇੱਕ ਪਾਸੇ ਜਿਹੜਾ ਨਾਮ ਦਾ ਧਨ ਹੈ ਉਹਨੂੰ ਗੁਰੂ ਸਾਹਿਬ ਕਹਿੰਦੇ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਸਭ ਭੁੱਖਾਂ ਸਾਰੀਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਇਹ ਦਾਤ ਕਿੰਨੇ ਦਿੱਤੀ ਹੈ, ਕਿਉਂਕਿ ਨਾਮ ਜਿਹੜਾ ਇਹਦੇ ਵਿੱਚ ਮਿਹਨਤ ਵੀ ਕਰਨੀ ਪੈਂਦੀ ਹੈ, ਪਰ ਇਹ ਬਖਸ਼ਿਸ਼ ਹੈ, ਨਾਮ ਜਿਹੜਾ ਕਿਰਪਾ ਹੈ, ਕਿਰਪਾ ਨਾਲ ਮਿਲਦਾ। ਸਦਾ ਕੁਰਬਾਨ ਕੀਤਾ ਗੁਰਵਿਟੋਂ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਸਾਹਿਬ ਕਹਿ ਰਹੇ ਨੇ ਸੁਤੜੇ ਸੁਖੀ ਸਵੰਨ, ਗੁਰਮੁਖ ਜਿਹੜੇ ਨੇ ਸੁਖ ਦੀ ਨੀਂਦ ਵਿੱਚ ਸੁੱਤੇ ਨੇ। ਕਿਉਂ? ਜੋ ਰੱਤੇ ਸਹਿ ਆਪਣੇ, ਜਿਹੜੇ ਆਪਣੇ ਸਹਿ ਸਹਿ ਮੈਨੇ ਪਤੀ ਪਰਮੇਸ਼ਰ, ਜਿਹੜੇ ਵਾਹਿਗੁਰੂ ਦੇ ਪ੍ਰੇਮ ਵਿੱਚ ਰੰਗੇ ਗਏ ਨੇ, ਉਹ ਸੁਖ ਵਿੱਚ ਸੌ ਗਏ ਨੇ, ਆਨੰਦ ਵਿੱਚ ਸੌ ਗਏ ਨੇ, ਭਾਵ ਉਹਨਾਂ ਨੂੰ ਗਹਿਰੀ ਸ਼ਾਂਤੀ ਮਿਲੀ ਏ, ਆਨੰਦ ਪ੍ਰਾਪਤ ਹੋਇਆ। ਪਰ ਦੂਜੇ ਪਾਸੇ ਕਹਿੰਦੇ ਪ੍ਰੇਮ ਵਿਸ਼ੋਹਾ ਧਨੀ ਸਿਓ ਅੱਠੇ ਪਹਿਰ ਲਵਨ, ਜਿਨ੍ਹਾਂ ਨੂੰ ਪਰਮਾਤਮਾ ਦੇ ਪ੍ਰੇਮ ਦਾ ਵਿਛੋੜਾ ਪੈ ਗਿਆ, ਧਨੀ ਮੈਨੇ ਪਰਮਾਤਮਾ, ਅੱਠੇ ਪੈਰ ਲਵਨ, ਲਵਨ ਸ਼ਬਦ ਦਾ ਅਰਥ ਹੈ ਲਵਣਾ, ਲਵਣਾ ਦਾ ਮਤਲਬ ਹੁੰਦਾ ਹੈ ਕਾਂ, ਜਦੋਂ ਗਰਮੀ ਬਹੁਤੀ ਲੱਗਦੀ ਨਾ ਤੇ ਕਾਂ ਲਾਉਂਦਾ ਹੈ, ਉਹ ਚਿੰਜ ਮੂੰਹ ਖੋਲ ਕੇ ਜੀਭ ਨਿਕਲੀ ਹੁੰਦੀ ਉਹਦੀ। ਇਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਉਹ ਲਾਉਂਦਾ ਹੈ ਮਨੁੱਖ ਜਿਹੜਾ ਨਾਮ ਤੋਂ ਟੁੱਟ ਗਿਆ, ਇੰਨਾ ਭਟਕਦਾ ਹੈ, ਕਿਉਂਕਿ ਨਾਮ ਹੀ ਸੈਂਟਰ ਹੈ ਮਨੁੱਖ ਨੂੰ ਸਕੂਨ ਦੇਣ ਦਾ, ਟਿਕਾ ਦੇਣ ਦਾ, ਠੰਡ ਪਾਉਣ ਦਾ। ਨਾਮ ਤੋਂ ਬਿਨਾਂ ਕਹਿੰਦੇ ਲਾਉਂਦਾ ਹੈ ਲੱਭਦਾ ਹੈ। ਦੂਜੇ ਪਾਸੇ ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਸੁਤੜੇ ਮੈਨੇ ਸੌ ਗਏ ਹਨ, ਨੀਂਦ ਵਿੱਚ ਪੈ ਗਏ ਹਨ, ਅਸੰਖ ਬਹੁਤ ਸਾਰੇ, ਤੇ ਕਿਹਦੇ ਵਾਸਤੇ ਸੁੱਤੇ ਨੇ? ਪਹਿਲੇ ਸੁੱਤੇ ਸੀ ਨਾਮ ਵਾਸਤੇ, ਉਧਰੋਂ ਸੌ ਗਏ ਸੰਸਾਰ ਵੱਲੋਂ। ਦੋ ਪ੍ਰਕਾਰ ਦੀ ਆਪਾਂ ਦੁਪਹਿਰੇ ਵੀ ਆਪਾਂ ਵਿਚਾਰਿਆ ਸੀ, ਵਾਸ਼ਨਾ ਦੋ ਤਰ੍ਹਾਂ ਦੀ ਏ, ਵਾਸ਼ਨਾ ਸੰਤ ਵਿੱਚ ਵੀ ਹੁੰਦੀ ਏ, ਵਾਸ਼ਨਾ ਸੰਸਾਰੀ ਵਿੱਚ ਵੀ ਹੁੰਦੀ ਏ। ਇਹ ਨਹੀਂ ਕਿ ਸੰਤ ਵਿੱਚ ਵਾਸ਼ਨਾ ਨਹੀਂ, ਸਗੋਂ ਸੰਤ ਦੀ ਵਾਸ਼ਨਾ ਬੜੀ ਤੇਜ਼ ਹੋ ਜਾਂਦੀ ਏ, ਬੜੀ ਤਿੱਖੀ ਹੋ ਜਾਂਦੀ। ਬਾਬਾ ਸੁੰਦਰ ਸਿੰਘ ਜੀ ਨੇ ਵਾਸ਼ਨਾ, ਤੂੰ ਘੱਟ ਵਾਸ਼ਨਾ ਥੋੜੀ ਏ, ਨਹੀਂ ਤੇ ਅਗਲਾ ਕਹਿੰਦਾ ਇੱਕ ਵਾਰੀ ਕਥਾ ਕਰ ਲਈ, ਦੋ ਵਾਰੀ ਕਰ ਲਈ, ਛੱਡ ਦਿਓ। ਨਹੀਂ, ਲਾਲਚ ਪੈ ਗਿਆ ਵੀ 28 ਵਾਰੀ, ਇੰਨਾ ਲਾਲਚ, ਇਹ ਲਾਲਚ ਹਉ ਗੁਣ ਤੋਂ ਉਚਰੋਂ, ਉਹਦੀ ਵਾਸ਼ਨਾ ਬੜੀ ਵੱਧ ਜਾਂਦੀ ਹੈ ਤੇਜ਼। ਹਾਂ, ਵਾਸ਼ਨਾ ਦਾ ਜਿਹੜਾ ਰਸਤਾ ਸੀ ਉਹ ਬਦਲ ਗਿਆ, ਇਹ ਨਹੀਂ ਵੀ ਅਸੀਂ ਉਹ ਬਾਣੀ ਓਨੀ ਪੜ੍ਹ ਨਹੀਂ ਸਕਦੇ, ਬਾਣੀ ਪੜ੍ਹ ਸਕਦੇ ਹਾਂ। ਹੁਣ ਜਿਵੇਂ ਜਿਹੜੀ ਵਾਸ਼ਨਾ ਸੰਸਾਰ ਲਈ ਏ, ਜਿੱਦਣ ਉਹ ਵਾਸ਼ਨਾ ਬਾਣੀ ਵਾਸਤੇ ਪੈਦਾ ਹੋ ਗਈ, ਓਨੀ ਪਰਸੈਂਟੇਜ ਵਿੱਚ ਬਾਣੀ ਸਿੱਖ ਪੜ੍ਹ ਸਕਦਾ ਹੈ। ਇਸ ਕਰਕੇ ਜਿਹੜੇ ਗੁਰਮੁਖ ਨੇ ਉਹ ਨਾਮ ਵਿੱਚ ਸੁੱਤੇ ਪਏ ਨੇ, ਸੰਸਾਰ ਵੱਲੋਂ ਉਹਨਾਂ ਨੂੰ ਨੀਂਦ ਆ ਗਈ, ਉਹਨਾਂ ਨੂੰ ਡਾਂਝ ਲੱਗਦੀ ਏ, ਕਾਲੇ ਪੈਂਦੇ ਨੇ ਜੇ ਦੁਨੀਆਂ ਵਿੱਚ ਜਾਣਦੇ। ਜੇ ਗੁਰਮੁਖ ਦੀ ਨਿਸ਼ਾਨੀ ਏ, ਕਿਤੇ 10 ਬੰਦੇ ਬੈਠੇ ਹੋਣ ਨਾ, ਨਿੰਦਿਆ ਕਰਦੇ ਹੋਣ, ਤੇ ਕੋਈ ਭਜਨ ਬੰਦਗੀ ਵਾਲਾ ਸਿੱਖ ਵਿੱਚ ਜਾ ਕੇ ਬਹਿ ਜਾਏ, ਉਹਨੂੰ ਕਾਲੀ ਪੈਂਦੀ ਕਾਲੀ, ਉਹ ਕਹਿਣਗੇ ਬਹਿ ਜਾ ਕੋਈ ਗੱਲ ਨੀ, ਸੁਣਾ ਕੋਈ ਹੋਰ ਪਿੰਡ ਦੀ ਗੱਲ, ਕੋਈ ਚਾਰ ਗੱਲਾਂ ਸੁਣਾਓ, ਤੇ ਉਹਨੂੰ ਕਾਲੀ ਪੈਗੀ ਅੰਦਰੋਂ, ਵੀ ਇੱਥੋਂ ਉੱਠ ਕੇ ਜਲਦੀ ਜਾਵਾਂ, ਕਾਲੀ ਪੈਗੀ। ਤੁਸੀਂ ਸਲੋਕ ਪੜੋ ਕਬੀਰ ਸਾਹਿਬ ਦੇ, ਬੜੇ ਪਿਆਰੇ ਬਚਨ ਨੇ, ਉਹ ਕਹਿੰਦੇ ਨੇ ਕੱਲਰ ਕੇਰੀ ਛੱਪੜੀ ਆਏ ਉਲੱਥੇ ਹੰਝ, ਕੱਲਰ ਦੀ ਛੱਪੜੀ ਭਾਵ ਦੁਨੀਆਂ ਦੇ ਪਦਾਰਥ, ਆਏ ਉਲੱਥੇ ਆ ਕੇ ਬਹਿ ਗਏ ਹੰਝ, ਹੰਝ ਮੈਨੇ ਹੰਸ, ਹੰਸ ਆ ਕੇ ਬਹਿ ਗਏ,
ਕਲਰ ਦੀ ਛੱਪੜੀ ਵਿਚ ਆ ਕੇ ਬਹਿ ਤਾਂ ਗਏ ਪਰ ਚਿੰਜੂ ਬੋੜਨ ਨਾ ਪੀਵੈ ਉਸ ਗੰਦੇ ਪਾਣੀ ਵਿਚ ਚਿੰਜ ਤਾਂ ਪਾਉਂਦੇ ਨੇ ਪਰ ਪੀਂਦੇ ਨਹੀਂ ਚਿੰਜ ਡੋਬ ਕੇ ਖਲੋ ਗਏ ਬੜਾ ਪਿਆਰਾ ਸਲੋਕ ਹੈ ਬਾਬੇ ਫਰੀਦ ਦਾ ਕਿਉਂ ਨਹੀਂ ਪੀਂਦੇ ਕਿਉਂਕਿ ਉੱਡਣ ਸੰਧੀ ਡੰਜ ਡੰਜ ਮੈਨੇ ਕਾਲ ਪੈਣੀ ਕਾਲ ਪੈਣੀ ਇਹ ਦੋਵੇਂ ਤਰ੍ਹਾਂ ਦੇ ਲੋਕ ਨੇ ਇੱਕ ਉਹ ਏ ਜਿਹੜਾ ਕਦੀ ਬਾਣੀ ਪੜਦਾ ਨਹੀਂ ਜੇ ਕਿਤੇ ਬਾਣੀ ਪੜਨ ਵਾਲਿਆਂ ਦੇ ਵਿਚ ਬਹਿ ਜਾਏ ਤੇ ਉਹਨੂੰ ਕਾਲ ਪੈਂਦੀ ਫਿਰ ਪਾਸੇ ਬਦਲਦਾ ਕਦੀ ਆਹ ਗੋਡਾ ਚੁੱਕ ਕਦੀ ਆਹ ਚੁੱਕ ਉਹ ਉੱਥੇ ਕਾਲਾ ਪਏਗਾ ਇਸ ਤਰ੍ਹਾਂ ਗੁਰਮੁਖ ਕਾਲਾ ਪੈਂਦਾ ਜਿਸ ਥਾਂ ਤੇ ਸੰਸਾਰ ਦੀਆਂ ਗੱਲਾਂ ਹੋਣ ਤੇ ਉਥੋਂ ਉਹਨੂੰ ਡੰਝ ਲੱਗ ਜਾਂਦੀ ਵੀ ਜਲਦੀ ਨਿਕਲਾਂ ਕਿਉਂਕਿ ਉਹਦੀ ਵਾਸ਼ਨਾ ਹੋਰ ਹੈ ਸੁਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇਜਾ ਗੰਨ ਜੇ ਰਸਨਾ ਨਾਮ ਉਚਾਰਨੇ ਕਹਿੰਦੇ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹੀ ਜਾਗਦੇ ਹਨ ਜਿਹੜੇ ਆਪਣੀ ਰਸਨਾ ਤੋਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਉਚਾਰਨ ਕਰਦੇ ਨੇ ਉਹਨਾਂ ਨੂੰ ਜਾਗ ਆ ਜਾਂਦੀ ਏ ਉਹਨਾਂ ਨੂੰ ਹੋਸ਼ ਆ ਜਾਂਦੀ ਏ ਸੋ ਆਓ ਸਾਧ ਸੰਗਤ ਜੀ ਰਹਿੰਦੇ ਕੁਝ ਮਿੰਟਾਂ ਵਾਸਤੇ ਸਿਮਰਨ ਵਿਚ ਜੁੜੀਏ ਸਾਰੇ ਚੌਂਕੜਾ ਮਾਰ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿਚ ਅਰਦਾਸ ਕਰੀਏ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਨਾਮ ਦੀ ਦਾਤ ਬਖਸ਼ਿਸ਼ ਕਰੋ ਵਾਹਿਗੁਰੂ 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 ਸੋ ਗੁਰੂ ਸਾਹਿਬ ਦਾ ਉਪਦੇਸ਼ ਅਰਦਾਸ ਕਰੀਏ ਮਹਾਰਾਜ ਰਹਿਮਤ ਕਰਨ
ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਕਰਨੀ ਆਓ ਨਾਮ ਸਿਮਰਨ ਅਭਿਆਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਪਿਆਰ ਸਹਿਤ ਸਾਰੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ